ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਰਬਜੀਤ ਸਿੰਘ, ਪਿੰਡ ਝੱਖੜਵਾਲਾ, ਜ਼ਿਲ੍ਹਾ ਫਰੀਦਕੋਟ ਤੋਂ, ਅੰਗਰੇਜ਼ ਦਾ ਛੋਟਾ ਭਰਾ। ਅਤੇ ਹੁਣ ਇਸ ਵਾਰ ਹਿਮਾਚਲ ਦੀਆਂ ਪਹਾੜੀਆਂ ਦੇ ਵਿੱਚ ਤੁਹਾਨੂੰ ਮੈਂ ਸਫ਼ਰ ਕਰਵਾਊਂਗਾ। ਮੇਰੇ ਨਾਲ ਨਾਲ ਜੁੜੇ ਰਹੋ ਜੀ। ਥੋੜ੍ਹਾ ਬੋਲਣਾ ਅਜੇ ਘੱਟ ਆਉਂਦਾ ਹੈਗਾ, ਨਵਾਂ ਨਾ ਫਿਰ। ਅਤੇ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਵੈਸ਼ਨੋ ਦੇਵੀ ਦੇ ਦਰਸ਼ਨ ਕਰਵਾਵਾਂਗੇ ਉੱਪਰ। ਇਹਦੇ ਸਫ਼ਰ 'ਚ ਦਿਖਾਵਾਂਗੇ ਕੀ ਕਠਿਨਾਈਆਂ ਆਉਂਦੀਆਂ ਅਤੇ ਕਿੰਨਾ ਕੁ ਨਜ਼ਾਰਾ ਆਉਂਦਾ ਹੈਗਾ। ਹਾਂਜੀ ਦੋਸਤੋ, ਇੱਥੋਂ ਆਪਣੇ ਹੁਣ ਯਾਤਰਾ ਸ਼ੁਰੂ ਹੋਣ ਜਾ ਰਹੀ ਹੈਗੀ। ਜਿਹੜੀ ਪੈਦਲ ਯਾਤਰਾ ਚੱਲੂਗੀ ਪੂਰੇ 12 ਕਿਲੋਮੀਟਰ ਵੱਧ ਤੱਕ, ਅਤੇ ਵਾਪਸ ਆ ਰਹੇ ਹੈਗੇ। ਇੱਕ ਜਾਣ ਦੀ ਲਾਈਨ ਆ ਜੀ, ਜੁੜੇ ਰਹੋ ਅਤੇ ਦੇਖਦੇ ਰਹੋ ਤੁਸੀਂ। ਇੱਥੋਂ ਸਾਰਾ ਵਿਊ ਦਿਖ ਰਿਹਾ ਹੈਗਾ ਕਟੜੇ ਦਾ। ਕੁਛ ਨਹੀਂ, ਪੂਰੀ ਜਾਣ ਚਾਹੀਦੀ ਆ ਬਾਈ ਤਾਂ ਆਉਣ ਵਾਸਤੇ। ਜਾਣ ਹੈਗੀ ਹੈ ਤਾਂ ਆ ਜਾਓ, ਜੇ ਘੱਟ ਆ ਤਾਂ ਬਈ ਲੈਫਟ 'ਤੇ ਆ ਜਾਓ। ਲੈਫਟ ਵੀ ਆਉਂਦੀ ਆ, ਜਹਾਜ਼ ਵੀ ਆਉਂਦਾ ਉੱਪਰ, ਘੋੜੇ ਵੀ ਆਉਂਦੇ ਆ। ਸਾਡਾ ਬਕਵਾਰੀ ਬੱਸ ਰਹਿ ਗਿਆ ਗਿਆ, 300 ਮੀਟਰ ਰਹਿ ਗਿਆ ਬੱਸ, ਅਤੇ ਇੱਥੋਂ ਸਿੱਧਾ ਬਾਈਪਾਸ ਜਾਂਦਾ ਗਾ। ਵੀ ਦੋਸਤੋ, ਅਸੀਂ ਪਹੁੰਚ ਗਏ ਅਰਧ ਕੁਆਰੀ ਮੰਦਰ। ਇੱਥੋਂ ਥੋੜ੍ਹਾ ਹੀ ਦੂਰ ਆ ਬਸ, ਤੋਂ ਅਸੀਂ ਪੂਰੇ ਆ ਗਏ ਹੈਗੇ, 6.5 ਕਿਲੋਮੀਟਰ ਵੱਟ ਦੂਰ ਆ। ਅਤੇ ਬਾਥਰੂਮ ਵਗੈਰਾ ਵੀ ਸੁਵਿਧਾ ਵਧੀਆ ਦਿੱਤੀ ਹੋਈ ਹੈਗੀ ਇੱਥੇ, ਪਰ ਮੰਦਰ ਵੀ ਬੈਠੇ ਆ। ਚੜ੍ਹਾਈ ਬਹੁਤ ਜ਼ਿਆਦਾ ਜੀ, ਆਕਸੀਜਨ ਦਾ ਲੈਵਲ ਵੀ ਘੱਟ ਹੁੰਦਾ ਜਾਂਦਾ ਹੌਲੀ ਹੌਲੀ। ਹੈ ਨਜ਼ਾਰਾ ਵੈਸੇ ਬਹੁਤ ਸਕੂਨ ਆਉਂਦਾ ਗਾ ਉੱਪਰ ਆ ਕੇ।